लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार, लोग जाने ही गीत है, लोग जाने ही गीत है, लोग जाने ही गीत है। श्री राग महला पंजवा, श्री राग महला पंजवा, कर दूजा गोइल आया गोइली, क्या किस डंप पसार, क्या किस डंप पसार, उन्नत पुन्नी चलना, उन्नत पुन्नी चलना, तू संभल कर वार, तू संभल कर वार, हर गुण गाओ मना, हर गुण गाओ मना, सतगुर सेव प्यार, सतगुर सेव प्यार, क्या थोड़ी बात गुमान, क्या थोड़ी बात गुमान, रहाओ जैसे रहन परोहने, जैसे रहन परोहने, उठ चल से परवात, उठ चल से परवात, क्या तू रत्ता ग्रस्त स्यों, क्या तू रत्ता ग्रस्त स्यों, सब फुल्ला की बागात, मेरी मेरी क्या करे, जिंदिया सो प्रभ लोड, जिंदिया सो प्रभ लोड, सर पर उठी चलना, सर पर उठी चलना, छठ जासी लाख करोड़, छठ जासी लाख करोड़, लाख चौरासी परम त्या, लाख चौरासी परम त्या, लाभ जन्म पायो, लाभ जन्म पायो, नानक नाम संभाल तो, नानक नाम संभाल तो, सो दिन नेड़ा आए, सो दिन नेड़ा आए। श्री राग महला पंजवा घर दूजा, इस शब्द नूं दूजे घर विच गाउण दी महाराज तकीब करदे ने ताल च। बहुत वधिया उदाहरण दे के संसार नूं जिहनूं तूं अपना समझी बैठा है ये तेरा नहीं। इह ते बिलकुल उस तरह है जिथे गुजर लोक गऊआं मझां चराउण वास्ते थोड़े समें लई उत्थे जाया करदे सन। ਹੁਣ ਤੇ ਖੈਰ ਉਹ ਜਗ੍ਹਾ ਚਰਾਂਦਾ ਨਹੀਂ ਰਹੀਆਂ, ਪਹਿਲਾਂ ਉਹ ਚਰਾਂਦਾ ਰੱਖੀਆਂ ਹੁੰਦੀਆਂ ਸਨ ਜਦੋਂ ਉੱਥੇ ਘਾਹ ਪੈ ਹੁੰਦਾ, ਬਾਰਿਸ਼ ਪੈ ਜਾਂਦੀ ਤੇ ਘਾਹ ਬਹੁਤ ਵੱਧ ਜਾਂਦਾ ਤੇ ਉੱਥੇ ਲੋਕ ਥੋੜੇ ਸਮੇਂ ਲਈ ਉਹਨੂੰ ਚਾਰਦੇ। ਤੇ ਜੇ ਉਹ ਕਵੇ ਕਿ ਹੁਣ ਜਗ੍ਹਾ ਮੇਰੀ ਹੈ, ਉਹਨਾਂ ਦੀ ਨਹੀਂ ਹੁੰਦੀ, ਉਹਨਾਂ ਨੇ ਥੋੜੇ ਸਮੇਂ ਲਈ ਰਹਿਣਾ ਹੁੰਦਾ, ਉਸ ਤੋਂ ਬਾਅਦ ਅੱਗੇ ਨਿਕਲ ਜਾਣਾ ਹੁੰਦਾ ਗੁਜਰਾਂ ਨੇ। ਇਸੇ ਤਰ੍ਹਾਂ ਹੀ ਇਹ ਸੰਸਾਰ ਹੈ। ਗੋਇਲ ਆਇਆ ਗੋਇਲੀ ਕਿਆ ਕਿਸ ਡੰਪ ਪਸਾਰ, ਮਾਲਕ ਨੇ ਭਾਈ ਤੂੰ ਤੇ ਉਹ ਗੋਇਲ ਬਣ ਕੇ ਆਇਆ ਇੱਥੇ ਚਰਾਂਦ ਕਰਨ ਵਾਸਤੇ, ਥੋੜੇ ਸਮੇਂ ਲਈ ਸਮਾਂ ਮਿਲਿਆ। ਇਹ ਸਮਾਂ, ਇਹ ਮਨੁੱਖਾ ਜਨਮ ਤੇਰੇ ਕੋਲ ਇੰਨਾ ਕੁ ਸਮਾਂ ਹੀ ਹੈ ਜਿਵੇਂ ਇੱਕ ਗੁਜਰਾਂ ਨੂੰ ਉਹ ਸਮਾਂ ਮਿਲਦਾ ਕਿ ਇੱਥੇ ਤੁਸੀਂ ਬਰਤ ਪ੍ਰਸਾਦ ਦਾ ਸਮਾਂ ਰਹਿਣਾ ਤੇ ਉਸ ਤੋਂ ਬਾਅਦ ਆਪਣੇ ਡੰਗਰ ਲੈ ਕੇ ਗਾਂਹ ਚਲੇ ਜਾਣਾ। ਇਹ ਗਵਾਲਾ ਕਹਿੰਦੇ ਗਵਾਲਾ ਹੈ, ਉਹ ਤਾਂ ਕਿਸਮ ਦਾ ਇੱਕ ਬਸ। ਗੋਇਲ ਆਇਆ ਗੋਇਲੀ ਕਿਆ ਤੁਸੀਂ ਡੰਪ ਪਸਾਰ, ਕਹਿੰਦੇ ਕਿਉਂ ਪਖੰਡ ਦਾ ਪਸਾਰਾ ਕੀਤਾ। ਫਿਰ ਡੰਪ ਹੁੰਦਾ ਪਖੰਡ ਕਰਨਾ,
ਮੂਰਤ ਕੁੰਨੀ ਚੱਲਣਾ ਤੂੰ ਸੰਭਲ ਘਰ ਬਾਰ। ਜਦੋਂ ਮੂਰਤ ਜਿੰਨਾ ਸਮਾਂ ਤੈਨੂੰ ਮਿਲਿਆ ਤੇਰਾ ਪੂਰਾ ਹੋ ਜਾਏਗਾ, ਇੱਥੋਂ ਚੱਲਣਾ ਪਏਗਾ। ਇਸ ਕਰਕੇ ਆਪਣਾ ਘਰ ਨੂੰ ਸਮੱਗਰੀ ਨੂੰ ਸੰਭਾਲ ਚੰਗੀ ਤਰ੍ਹਾਂ, ਆਪਣਾ ਘਰ ਸੰਭਾਲ, ਤੂੰ ਹਿਰਦਾ ਰੂਪੀ ਘਰ ਇਹਨੂੰ ਸੰਭਾਲ ਕੇ ਤੇਰੇ ਨਾਲ ਫਿਰ ਜਾਣਾ ਕੀ ਹੈ। ਇਸ ਦੁਨੀਆਂ ਦੇ ਖਿਲਾਰੇ ਪਿੱਛੇ ਨਾ ਪੈ। ਹਰ ਗੁਣ ਗਾਉ ਮਨਾ ਸਤਿਗੁਰ ਸੇਵ ਪਿਆਰ। ਫਿਰ ਮਹਾਰਾਜ ਸਮਝਾਉਣਾ ਕਰਦੇ, ਹਰ ਗੁਣ ਗਾਉ ਮਨਾ, ਐ ਮਨਾ ਹਰੀ ਦੇ ਗੁਣਾਂ ਨੂੰ ਗਾਉਣਾ ਕਰ। ਸਤਿਗੁਰ ਸੇਵ ਪਿਆਰ, ਸਤਿਗੁਰ ਦੀ ਸੇਵਾ ਪਿਆਰ ਦੁਆਰਾ ਕਰ। ਰਾਰੇ ਨੂੰ ਵੀ ਸਿਆਹੀ ਪਾ ਦਿੱਤੀ ਮਨ ਪਿਆਰ ਦੁਆਰਾ, ਪਿਆਰ ਨਾਲ, ਪ੍ਰੇਮ ਨਾਲ। ਕਿਆ ਥੋੜੀ ਬਾਤ ਗੁਮਾਨ, ਕਿਆ ਥੋੜੀ ਜਿਹੀ ਗੱਲਾਂ ਦਾ ਗੁਮਾਨ ਕਰੀ ਜਾਂਦਾ। ਥੋੜੀ ਜਿਹੀ ਗੱਲ ਪਕੜਿਆ ਮੈਂ, ਨਿੱਕੀ ਜਿਹੀ ਗੱਲ ਹੈ ਕੀ ਆਪਣੇ ਵੱਲੇ ਕੁਝ ਵੀ ਨੀ। ਜਿਹੜੀ ਚੀਜ਼ ਤੂੰ ਕਹਿਣਾ ਪਿਆ ਕਿ ਮੇਰੀ ਤੇਰੀ ਵੀ ਹੈਣੀ, ਤੇ ਬੰਦਾ ਉਸੇ ਦੇ ਮਾਣ ਕਰੀ ਜਾਏ। ਕੋਈ ਮੰਗਵੀ ਚੀਜ਼ ਦਾ ਅਪਮਾਨ ਕਰੀਏ ਤੇ ਲੋਕ ਸਾਨੂੰ ਕੀ ਕਹਿਣ, ਹੋਰ ਕੀ ਕਹਿਣਗੇ। ਇਹ ਤਾਂ ਮੰਗਵੀ ਚੀਜ਼ ਹੈ ਸਾਡੀ, ਸਾਨੂੰ ਥੋੜੇ ਸਮੇਂ ਲਈ ਮਿਲੀ ਹੈ ਸਰੀਰ। ਉਹ ਤਾਂ ਕਹਿੰਦੇ ਕਿਆ ਥੋੜੀ ਬਾਤ, ਥੋੜੀ ਥੋੜੀ ਗੱਲਾਂ ਦਾ ਗੁਮਾਨ ਪਿਆ ਕਰਦਾ। ਕਿਆ ਥੋੜੀ ਬਾਤ ਗੁਮਾਨ ਰਹੋ, ਜੈਸੇ ਰਹਿਣ ਪਰਾਉਣੇ ਉੱਠ ਚੱਲ ਸੈ ਪ੍ਰਭਾਤ। ਕਿਆ ਤੂੰ ਰੱਤਾ ਗ੍ਰਿਸਿਓ ਸਭ ਫੁੱਲਾਂ ਕੀ ਬਾਗਾਤ। ਸਾਰੇ ਅਗਲੀ ਉਦਾਹਰਣ ਦਿੰਦੇ ਨੇ ਬੜੀ ਵਧੀਆ, ਕਹਿੰਦੇ ਜਿਸ ਤਰ੍ਹਾਂ ਜੈਸੇ ਰਹਿਣ ਪਰਾਉਣੇ ਰਾਤ ਨੂੰ ਘਰ ਪਰਾਉਣੇ ਆ ਗਏ, ਚਲੋ ਪ੍ਰਭਾਤ ਸਵੇਰੇ ਦਿਨ ਚੜੇਗਾ ਚਲੇ ਜਾਣਗੇ। ਤੇ ਦੂਜੀ ਕਿਆ ਤੂੰ ਰੱਤਾ ਗ੍ਰਿਸ ਸਿਉ, ਇਸ ਤਰ੍ਹਾਂ ਕਹਿੰਦੇ ਗ੍ਰਿਸ ਨਾਲ ਕਿਉਂ ਭਿੱਜਿਆ ਹੋਇਆ ਪੂਰੀ ਤਰ੍ਹਾਂ। ਸਭ ਫੁੱਲਾਂ ਕੀ ਬਾਗਾਤ, ਇੱਥੇ ਫੁੱਲਾਂ ਦੀ ਬਗੀਚੀ ਹੈ, ਅੱਜ ਖਿੜੀ ਹੈ ਸਵੇਰ ਨੂੰ ਬੁਰਜ ਆ ਜਾਏਗੀ। ਇਹ ਗ੍ਰਿਸ ਤੇ ਫੁੱਲਾਂ ਦੀ ਬਗੀਚੀ ਵਾਂਗੂ ਹੀ ਹੈ, ਇਹ ਪੱਕਾ ਨਹੀਂ ਹੈ। ਮੇਰੀ ਮੇਰੀ ਕਿਆ ਕਰੈ ਦਿਨ ਦੀਆ ਸੋ ਪ੍ਰਭ ਲੋੜ। ਮੇਰੀ ਮੇਰੀ ਕੀ ਕਰਦਾ, ਜਿਹਨੇ ਤੈਨੂੰ ਇਹ ਦਿੱਤਾ ਸਾਰਾ ਕੁਝ, ਉਹਨੂੰ ਲੋੜ, ਲੋੜ ਨਾ ਹੁੰਦਾ ਉਹਨੂੰ ਧਿਆ, ਉਹਨੂੰ ਸਿਮਰ, ਉਹਨੂੰ ਯਾਦ ਕਰ। ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ। ਸਰ ਪਰ ਪੱਕਾ ਯਕੀਨ ਹੈ, ਇਹ ਤਾਂ ਪੱਕੀ ਹੈ ਨਾ ਗੱਲ, ਇੱਥੋਂ ਜਾਣਾ। ਸਰ ਪਰ ਕਹਿੰਦੇ ਪੱਕੇ ਤੌਰ ਤੇ, ਤਾਂ ਇਹ ਤਾਂ ਪੱਕਾ ਹੈ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਇੱਥੋਂ ਜਾਣਾ। ਛੱਡ ਜਾਸੀ ਲੱਖ ਕਰੋੜ, ਭਾਵੇਂ ਤੂੰ ਲੱਖ ਜੋੜੇ ਆ ਭਾਵੇਂ ਕਰੋੜ ਜੋੜੇ ਆ, ਇੱਥੇ ਹੀ ਰਹਿ ਜਾਏਗਾ ਇਹ ਸਾਰਾ ਜੋੜਿਆ ਜਿਹੜਾ ਤੇਰਾ, ਇੱਥੇ ਹੀ ਰਹਿ ਜਾਣਾ। ਲੱਖ ਚੁਰਾਸੀ ਭਰਮਤੇ ਆ, ਕਹਿੰਦੇ ਲੱਖ ਚੁਰਾਸੀ ਜੂਨ ਭਰਮਦਿਆਂ ਭਰਮਦਿਆਂ ਭਰਮਣ ਕਰਕੇ ਚਾਰੇ ਪਾਸੇ ਦੁਰਲੱਭ ਜਨਮ ਪਾਇਓ ਏ, ਪਾਇਓ ਏ ਕਹਿੰਦੇ ਨੇ ਮਹਾਰਾਜ। ਉਹ ਭਾਈ ਤੂੰ ਇਹ ਤਾਮ ਰੁੱਖਾ ਜਨਮ ਮਿਲਿਆ ਤੈਨੂੰ, ਇੰਨੀਆਂ ਜੂਨਾਂ ਲੰਘ ਕੇ ਆਏ ਆ ਤੇ ਇਸ ਅਵਸਥਾ ਤੇ ਪਹੁੰਚੇ ਆ। ਨਾਨਕ ਨਾਮ ਸੰਭਾਲ ਤੂੰ, ਪੰਜਵੇਂ ਪਾਤਸ਼ਾਹ ਇੱਥੇ ਫਿਰ ਚੇਤੇ ਕਰਾਉਂਦੇ ਨੇ ਪੂਰੀ ਤਰ੍ਹਾਂ ਤੇ, ਇਹ ਨਾਨਕ ਤੂੰ ਨਾਮ ਦੀ ਸੰਭਾਲ ਕਰ। ਸੋ ਦਿਨ ਨੇੜਾ ਆਇਓ ਏ ਮਿੱਤਰਾ, ਉਹ ਦਿਨ ਨੇੜੇ ਤੇਰੇ ਆ ਗਿਆ ਕਿਹੜਾ, ਮੌਤ ਦਾ, ਜਦੋਂ ਤੂੰ ਇਹ ਸਾਰਾ ਕੁਛ ਸਾਜੋ ਸਮਾਨ ਇੱਥੇ ਧਰਿਆ ਧਰਾ ਰਹਿ ਜਾਏਗਾ ਤੇਰਾ, ਇਸ ਕਰਕੇ ਉਹਨੂੰ ਚੇਤੇ ਰੱਖ। ਹਾਂਜੀ, ਸ੍ਰੀ ਰਾਗ ਮਹੱਲਾ ਪੰਜਵਾਂ। ਸ੍ਰੀ ਰਾਗ ਮਹੱਲਾ ਪੰਜਵਾਂ। ਟੀਚਰ ਵਸੈ ਸੋਏ ਲੜੀ, ਟੀਚਰ ਵਸੈ ਸੋਏ ਲੜੀ, ਟੀਚਰ ਸਾਥੀ ਨਾਲ, ਟੀਚਰ ਸਾਥੀ ਨਾਲ, ਜਾ ਸਾਥੀ ਉੱਠੀ ਚੱਲਿਆ, ਜਾ ਸਾਥੀ ਉੱਠੀ ਚੱਲਿਆ, ਤਾਂ ਤਨ ਖਾਖੂਰਾਲ, ਤਾਂ ਤਨ ਖਾਖੂਰਾਲ, ਮਨ ਬੈ ਰਾਗ ਪਿਆ, ਮਨ ਬੈ ਰਾਗ ਪਿਆ, ਦਰਸ਼ਨ ਦੇਖਣੇ ਕਾ ਚਾਹੋ, ਦਰਸ਼ਨ ਦੇਖਣੇ ਕਾ ਚਾਹੋ, ਤਨ ਸਾ ਤੇਰਾ ਥਾਨ, ਤਨ
ਸੁਤਿਆ ਥਾਨ ਰਹਾਉ ਜਿਸ ਚਰ ਵਸਿਆ ਕੰਤ ਕਰ ਜਿਉ ਜਿਉ ਸਭ ਕਹਾਤ ਜਾ ਉੱਠੀ ਚਲ ਸੀ ਕੰਤੜਾ ਕੋਈ ਨਾ ਪੁੱਛੇ ਤੇਰੀ ਬਾਤ ਸੇਵ ਤੂੰ ਸਹਰੜੇ ਸੁਖ ਵਸ ਗੁਰਮਿਲ ਚੱਜ ਅਚਾਰ ਸਿੱਖ ਕਦੇ ਨਾ ਲੱਗੇ ਦੁੱਖ ਸਭਨਾ ਸਹੁਰੇ ਵੰਜਣਾ ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਸ੍ਰੀ ਰਾਗ ਮਹੱਲਾ ਪੰਜਵਾਂ। ਇਹ ਜੋ ਸ਼ਬਦ ਹੈ ਇਹ ਦੇਹ ਨੂੰ ਸੰਬੋਧਨ ਹੈ, ਸਰੀਰ ਨੂੰ। ਹੁਣ ਤੱਕ ਜਿੰਨੀ ਬਾਣੀ ਆਪਾਂ ਮਨ ਨੂੰ ਸੰਬੋਧਨ ਕਰਕੇ ਮਹਾਰਾਜ ਪੜ੍ਹਦੇ ਆਏ ਨੇ, ਇਹ ਦੇਹੀ ਨੂੰ, ਕਿਉਂਕਿ ਦੇਹੀ ਦਾ ਵੀ ਅਸੀਂ ਬਹੁਤ ਮਾਣ ਕਰਦੇ ਹਾਂ ਕਿ ਮੇਰੀ ਦੇਹੀ ਸਟਰੋਂਗ ਹੈ, ਮੇਰੀ ਦੇਹੀ ਸੁੰਦਰ ਹੈ, ਮੈਂ ਜਵਾਨ ਹਾਂ। ਇਹ ਦੇਹੀ ਓਨਾ ਚਿਰ ਹੀ ਹੈ ਜਿੰਨਾ ਚਿਰ ਜੀਵ ਅੰਦਰ ਹੈ। ਡੈਡ ਬੋਡੀ ਕੋਈ ਨਹੀਂ ਘਰੇ ਰੱਖਦਾ, ਇਸ ਬੋਡੀ ਨੂੰ ਨਹੀਂ ਕੋਈ ਰੱਖਦਾ ਜੇ ਕੌਣ। ਇੱਥੇ ਮਹਾਰਾਜ ਸਮਝਾਉਣਾ ਕਰਦੇ ਨੇ ਇਸ ਦੇਹੀ ਨੂੰ ਵੀ, ਇਹ ਮਨੁੱਖਾ ਦੇਹੀ ਮਿਲੀ ਤਾਂ ਇਹਦਾ ਲਾਭ ਲੈ, ਇਹਦਾ ਪੂਰਾ ਪੂਰਾ ਫਾਇਦਾ ਉਠਾ। ਟੀਚਰ ਵਸੈ ਸੁਹੇਲੜੀ ਗਿੱਚਰ ਸਾਥੀ ਨਾਲ, ਜੇ ਇਹਦਾ ਉਚਾਰਨ ਸਹੇਲੀ ਕਹਾਂਗੇ ਫਿਰ ਤਾਂ ਸਹੇਲੀ ਹੈ। ਇੱਥੇ ਹੈ ਸੁਹੇਲੜੀ, ਸੁਖੀ, ਠੀਕ ਹੈ, ਸੁਖੀ, ਠੀਕ ਹੈ। ਟੀਚਰ ਵਸੈ ਸੁਹੇਲੜੀ ਓਨਾ ਚਿਰ ਸੁਖੀ ਹੈ ਜਿੱਚਰ ਸਾਥੀ ਨਾਲ, ਜਿੰਨਾ ਚਿਰ ਇਹਦਾ ਸਾਥੀ ਜੀਵ ਨਾਲ ਹੈ, ਜਿੰਨਾ ਚਿਰ ਇਹਦੇ ਨਾਲ ਹੈ ਉਹ ਆਤਮਾ ਜਿਹਨੂੰ ਕਹਿੰਦੇ ਅਸੀਂ ਆਪਣੀ ਜੀਵ, ਓਨਾ ਚਿਰ ਇਹ ਦੇਹੀ ਸੁਖੀ। ਜਾਂ ਸਾਥੀ ਉੱਠ ਚੱਲਿਆ ਤਾਂ ਧਨ ਕਾਕੂ ਰਾਲ, ਜਦੋਂ ਇਹ ਸਾਥੀ ਨੂੰ ਛੱਡ ਕੇ ਚਲਾ ਜਾਏਗਾ, ਇਹ ਧਨ ਜੀਵ ਆਤਮਾ ਜਿਹੜੀ ਇਸਤਰੀ ਹੈ, ਇਹ ਦੇਹੀ ਜਿਹੜੀ ਹੈ ਇਸਤਰੀ ਰੂਪ ਹੈ ਦੀ, ਕਹਿੰਦੇ ਤਾਂ ਮਿੱਟੀ 'ਚ ਰੁੜ ਜਾਏਗੀ। ਉਸ ਵੇਲੇ ਕੋਈ ਲਾਂਭੂ ਲਾ ਦਿੰਦਾ ਅਤੇ ਕੋਈ ਇਹਨੂੰ ਦੱਬ ਦਿੰਦਾ, ਕਹਿੰਦੇ ਮਿੱਟੀ 'ਚ ਰੁੜ ਜਾਏਗੀ ਉਸ ਵੇਲੇ। ਮਨ ਬੈਰਾਗ ਪਿਆ ਦਰਸ਼ਨ ਦੇਖਣਾ ਕਾ ਚਾਓ, ਕਹਿੰਦੇ ਜਦੋਂ ਇਸ ਤਰ੍ਹਾਂ ਮੈਨੂੰ ਸਮਝ ਆਈ ਇਹ ਦੇਹੀ ਜਿਹਦਾ ਅਸੀਂ ਮਾਰ ਪਏ ਕਰਦੇ ਹਾਂ ਇੱਥੇ ਮਿੱਟੀ 'ਚ ਰੁੜ ਜਾਏਗੀ, ਉਹ ਚਲਾ ਜਾਏਗਾ, ਉਦੋਂ ਫਿਰ ਮਨ ਵਿੱਚ ਬੈਰਾਗ ਉਪਜਿਆ। ਮਨ ਬੈਰਾਗ ਪਿਆ, ਮਨ 'ਚ ਇੱਕ ਬੈਰਾਗ ਉਪਜਿਆ ਕਿ ਇਸ ਦੇਹੀ ਦੁਆਰਾ ਹੀ ਅਸੀਂ ਉਸ ਮਾਲਕ ਦੇ ਦਰਸ਼ਨ ਕਰਦੇ ਹਾਂ, ਕਰ ਸਕਦੇ ਹਾਂ। ਹੁਣ ਚਾਅ ਪੈਦਾ ਹੋ ਗਿਆ ਦਰਸ਼ਨ ਵੇਖਣ ਦਾ, ਚਾਅ ਹੁੰਦਾ ਖੁਸ਼ੀ, ਖੇੜਾ, ਅੰਦਰ ਆਨੰਦ, ਕਿਸੇ ਚੀਜ਼ ਨੂੰ ਵੇਖਣ ਦੀ ਚਾਹ ਪੈਦਾ ਹੋ ਜਾਏ, ਚਾਹਤ ਪੈਦਾ ਹੋ ਗਈ। ਧਨ ਸੋ ਤੇਰਾ ਥਾਨ, ਤੇ ਨਾਲ ਹੀ ਧਨ ਸੋ ਤੇਰਾ ਥਾਨ, ਉਹ ਤੇਰਾ ਥਾਂ ਧਨ ਧਰ ਯੋਗ ਹੈ ਜਿੱਥੇ ਤੂੰ ਵੱਸਦਾ, ਕਿਉਂਕਿ ਤੂੰ ਵੀ ਤੇ ਇਸ ਦੇਹੀ ਵਿੱਚ ਹੀ ਵੱਸਦਾ। ਜਿਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ। ਇਹ ਦੇਹੀ ਮਨੁੱਖਾ ਜਨਮ ਜਿਹੜੀ ਮਿਲੀ ਹੈ, ਮਹਾਰਾਜ ਸਮਝਾਉਣਾ ਕਰਦੇ ਨੇ ਤੇਰਾ ਥਾਂ ਤੰਤਰ ਯੋਗ ਹੈ ਜਿਸ ਸਿਰ ਤੇ ਰੂਪੀ ਦੇਹੀ ਵਿੱਚ ਤੂੰ ਵੀ ਵੱਸਦਾ। ਹੁਣ ਪੈਦਾ ਹੋ ਗਿਆ ਮਨ ਵਿੱਚ ਚਾਹ, ਬੈਰਾਗ ਉਪਜ ਗਿਆ। ਰਹਾਉ ਜਿੱਚਰ ਵਸਿਆ ਕੰਤ ਘਰ, ਜੀਓ ਜੀਓ ਸਭ ਕਹਾਤ। ਜਿੰਨਾ ਚਿਰ ਉਹ ਕੰਤ ਵੱਸਦਾ, ਉਹ
ਜੀਵ ਇਹਦੇ ਵਿੱਚ ਵਸਦਾ ਉਨਾ ਚਿਰ ਸਾਰੇ ਜੀ ਆਇਆ ਕਹਿੰਦੇ ਨੇ, ਆਦਰ ਦਿੰਦੇ ਨੇ, ਮਾਣ ਦਿੰਦੇ ਨੇ, ਜਿਉਂਦੇ ਜੀ ਨੂੰ ਦਿੰਦੇ ਹਨ। ਜਾ ਉੱਠੀ ਚੱਲ ਸੀ ਕੰਤੜਾ, ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਜਦੋਂ ਇਹ ਚਲਿਆ ਜਾਏਗਾ ਕਿਸੇ ਦੇ ਘਰ, ਡੈਡ ਬੋਡੀ ਲੈ ਕੇ ਚੱਲ ਜਾਈਏ ਆਪਾਂ, ਇਹਨੂੰ ਰੱਖ ਲਓ ਜੀ, ਆਪਣੇ ਕੱਢ ਦਿੰਦੇ ਨੇ ਉਸੇ ਵੇਲੇ। ਰਾਤ ਤੋਂ ਪਹਿਲਾਂ ਪਹਿਲਾਂ ਰਾਤ ਕਿਹੜਾ ਬੈਠਾ ਹੋਊਗਾ ਇੱਥੇ, ਤੇ ਮੈਂ ਕਹਿੰਦੇ ਉਹਨੂੰ ਜੰਨੇ ਨੇ, ਉਹਨਾਂ ਚਿਰ ਕੋਈ ਬਾਤ ਨੀ ਪੁੱਛਦਾ ਇਸ ਦੇਵੀ ਦੀ। ਕੋਈ ਨਾ ਪੁੱਛਿਆ ਤੇਰੀ ਬਾਤ, ਪੇੜੈ ਸੌ ਸੇਬ ਤੂੰ, ਸਹੁਰੜੈ ਸੁਖ ਵਸ। ਇਸ ਕਰਕੇ ਪੇੜਾ ਘਰ ਪੇਕਾ ਘਰ ਹੈ ਸਾਡਾ, ਇੱਥੇ ਸਿਮਰਨਾ ਕਰ ਉਸ ਮਾਲਕ ਨੂੰ, ਤਾਂ ਤੂੰ ਜਦੋਂ ਜਾਏਗੀ ਆਪਣੇ ਉਸ ਮਾਲਕ ਦੇ ਦਰ ਦੇ ਉੱਤੇ ਪਹੁੰਚੇਗੀ, ਉੱਥੇ ਤੂੰ ਸੁਖੀ ਵਸੇਗੀ। ਗੁਰ ਮਿਲ ਚੱਜ ਆਚਾਰ ਸਿੱਖ, ਇੱਥੇ ਜਿਹੜੀ ਗੱਲ ਸਮਝਾਉਣੀ ਚਾਹੁੰਦੇ ਨੇ, ਮੈਂ ਕਹਿੰਦਾ ਗੁਰੂ ਨੂੰ ਮਿਲ, ਜੀਵਨ ਦੀ ਜਾਚ ਸਿੱਖ, ਆਚਾਰ ਸਿੱਖ, ਸੁੱਚਾ ਸੁੱਚਾ ਜੀਵਨ, ਇੱਕ ਕਰੈਕਟਰ ਜਿਹੜਾ ਹੈ ਆਪਣਾ, ਜੀਵਨ ਦੀ ਜਾਚ ਜਿਹੜੀ ਹੈ ਉਹ ਰਹਿਣਾ ਸਿੱਖ, ਚੰਗੀ ਰਹਿਣੀ ਬਹਿਣੀ, ਕਿਵੇਂ ਰਹਿਣਾ ਸੰਸਾਰ ਵਿੱਚ, ਇਹ ਦੇਹੀ ਮਨੁੱਖਾਂ ਮਿਲੀ, ਨਹੀਂ ਤਾਂ ਫਿਰ ਮਾਰ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ। ਜੇ ਕਰਤੂਤਾਂ ਪਸ਼ੂਆਂ ਵਾਲੀਆਂ ਨੇ ਤਾਂ ਦੇਹੀ ਮਨੁੱਖਾਂ ਵਾਲੀ ਹੈ, ਫਿਰ ਕੋਈ ਫਾਇਦਾ ਨਹੀਂ। ਹੁਣ ਤੱਕ ਬਚਪਨ ਤੋਂ ਲੈ ਕੇ ਮੈਂ ਇਹੋ ਸੁਣਦਾ ਆ ਰਿਹਾ ਕਿ ਬੰਦੇ ਨੂੰ ਕਿਹਾ ਜਾਂਦਾ ਬੰਦਾ ਬਣ, ਕਦੇ ਪਸ਼ੂ ਨੂੰ ਨੀ ਕਿਹਾ ਜਾਂਦਾ ਪਸ਼ੂ ਬਣ, ਉਹਨੇ ਹੈ ਪਸ਼ੂ। ਬੰਦਾ ਸੋ ਜੋ ਪਵੇ ਵਿੱਚ ਬੰਦੀ, ਦੇਖਣ ਕੋ ਦੀਦਾਰ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੋਲ ਨੰਦੇੜ ਦੇ ਵਿੱਚ ਜਦੋਂ ਆਪਣੇ ਸਾਰੇ ਹਥਿਆਰ ਵਰਤ ਚੁੱਕਿਆ ਮਾਧੋਦਾਸ ਬੈਰਾਗੀ, ਜਦੋਂ ਉਹਦੇ ਕੋਲੋਂ ਕੁਛ ਵੀ ਨਾ ਹੋਇਆ, ਆਪਣੇ ਸਾਰੀਆਂ ਕਰਾਮਾਤਾਂ ਗੁਆ ਬੈਠਾ, ਅਖੀਰ ਨੂੰ ਫਿਰ ਸਾਹਮਣੇ ਆਇਆ ਤੇ ਮਹਾਰਾਜ ਨੇ ਪੁੱਛਿਆ ਵੀ ਤੂੰ ਕੌਣ ਹੈ? ਤਾਂ ਮਾਧੋਦਾਸ ਬੈਰਾਗੀ ਆਖਦਾ ਕਿ ਜੀ ਮੈਂ ਤੁਹਾਡਾ ਬੰਦਾ। ਤੇ ਉਹ ਤੋਂ ਦਸਮ ਪਾਤਸ਼ਾਹ ਨੇ ਆਖਿਆ ਜੇ ਬੰਦਾ ਹੈ ਤੇ ਫਿਰ ਬੰਦਿਆਂ ਵਾਲੇ ਕੰਮ ਕਰ, ਨਾ ਤੇ ਉਹਨਾਂ ਦਾ ਬੰਦਾ ਸਿੰਘ ਬਹਾਦਰ ਦਾ ਨਾਮ ਜਿਹੜਾ ਅੰਮ੍ਰਿਤ ਛਕਣ ਤੋਂ ਬਾਅਦ ਭਾਈ ਗੁਰਬਖਸ਼ ਸਿੰਘ ਬਣਿਆ, ਉਹਨਾਂ ਨੂੰ ਗੁਰਬਖਸ਼ ਸਿੰਘ ਨਾਲ ਕੋਈ ਨਹੀਂ ਜਾਣਦਾ, ਤੇ ਬੰਦਾ ਸਿੰਘ ਬਹਾਦਰ ਕਰਕੇ ਜਾਣਦੇ ਨੇ, ਉਹ ਤੇ ਬੰਦੇ ਬਣ ਗਏ, ਪਰ ਅਸੀਂ ਨਹੀਂ ਬਣੇ। ਕਿੱਥੇ ਮਹਾਰਾਜ ਸਮਝਾਉਣਾ ਕਹਿੰਦੇ ਨੇ ਸਾਨੂੰ ਇਹ ਗੱਲ ਕਿ ਇਹ ਗੁਰ ਮਿਲ ਚੱਜ ਆਚਾਰ ਸਿੱਖ, ਤੁਧ ਕਦੇ ਨਾ ਲੱਗਿਆ ਦੁੱਖ। ਤੈਨੂੰ ਦੁੱਖ ਲੱਗੇਗਾ ਹੀ ਨੀ ਕਦੇ, ਜਦੋਂ ਗੁਰੂ ਦੱਸੇ ਮਾਰਗ ਅਨੁਸਾਰ ਆਪਣਾ ਜੀਵਨ ਜਿਉਏਗਾ, ਉੱਚਾ ਸੁੱਚਾ ਜੀਵਨ ਜਿਉਏਗਾ, ਦੁੱਖ ਲੱਗੇਗਾ ਹੀ ਨਹੀਂ। ਸਭਨਾ ਸਵਰੈ ਵੰਜਣਾ ਸਭ ਮੁਕਲਾ ਬਣਹਾਰ, ਹਾਂ ਜਾਣਾ ਸਭ ਨੇ ਹੀ, ਸਭ ਮੁਕਲਾ ਬਣਹਾਰ, ਸਭ ਦਾ ਮੁਕਲਾਵਾ ਆਉਣਾ, ਭਾਵ ਮੌਤ ਸਭ ਨੂੰ ਆਉਣੀ। ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ, ਉਹ ਸੰਤਾਂ ਦੇ ਯੋਗ ਨੇ, ਉਹ ਗੁਰਮੁਖ ਪਿਆਰੇ, ਉਹ ਸੁਹਾਗਣਾ ਨੇ ਜਿਨ੍ਹਾਂ ਦਾ ਆਪਣੇ ਪਿਆਰੇ ਨਾਲ ਪਿਆਰ ਹੈ, ਉਸ ਮਾਲਕ ਨਾਲ ਜਿਹਨਾਂ ਦਾ ਪਿਆਰ ਪੈ ਗਿਆ, ਉਹ ਧਨਤਾ ਦੇ ਯੋਗ ਨੇ। ਹਾਂਜੀ, ਸ੍ਰੀ ਰਾਗ ਮਹਲਾ ਪੰਜਵਾਂ, ਸ੍ਰੀ ਰਾਗ ਮਹਲਾ ਪੰਜਵਾਂ, ਕਰਸ਼ੇਵਾ ਕਰਨ ਕਾਰਨ ਏਕ ਓਰੀ, ਕਰਨ ਕਾਰਨ ਏਕ ਓਰੀ, ਜਿਨ ਕੀਆ ਆਕਾਰ, ਜਿਨ ਕੀਆ ਆਕਾਰ, ਇਸੇ ਧਿਆਵੋ ਮਨ ਮੇਰੇ, ਇਸੇ ਧਿਆਵੋ ਮਨ ਮੇਰੇ, ਸਰਬ ਕੋ ਆਧਾਰ, ਸਰਬ ਕੋ ਆਧਾਰ, ਚਰਨ ਮਨ ਮੈਂ ਧਿਆਏ, ਗੁਰ ਕੇ ਚਰਨ ਮਨ ਮੈਂ ਧਿਆਏ, ਛੋੜ ਸਗਲ ਸਿਆਣਪਾਂ, ਛੋੜ ਸਗਲ ਸਿਆਣਪਾਂ, ਸਾਚ ਸ਼ਬਦ ਨਿਵਲਾਏ, ਸਾਚ ਸ਼ਬਦ ਨਿਵਲਾਏ, ਰਹਾਉ ਦੁੱਖ ਕਲੇਸ਼ ਨਾ ਪਉ ਵਿਆਪੈ, ਦੁੱਖ ਕਲੇਸ਼ ਨਾ ਪਉ ਵਿਆਪੈ, ਗੁਰ ਮੰਤਰ ਹਿਰਦੈ ਹੋਏ, ਗੁਰ ਮੰਤਰ ਹਿਰਦੈ ਹੋਏ, ਕੋਟ ਜਤਨਾ ਕਰ ਰਹੇ, ਕੋਟ ਜਤਨਾ ਕਰ ਰਹੇ,
ਗੁਣ ਤਰਿਓ ਨਾ ਕੋਈ। ਦੇਖ ਦਰਸ਼ਨ ਮਨ ਸਧਾਰੈ, ਦੇਖ ਦਰਸ਼ਨ ਮਨ ਸਧਾਰੈ, ਆਪ ਸਗਲੇ ਜਾਹੇ, ਆਪ ਸਗਲੇ ਜਾਹੇ, ਹਉ ਦਿਨ ਕੇਵਲ ਹਾਰਨੈ, ਹਉ ਦਿਨ ਕੇਵਲ ਹਾਰਨੈ, ਜੇ ਗੁਰ ਕੀ ਪੈਰੀ ਪਾਏ, ਜੇ ਗੁਰ ਕੀ ਪੈਰੀ ਪਾਏ, ਸਾਧ ਸੰਗਤ ਮਨ ਵਸੈ, ਸਾਧ ਸੰਗਤ ਮਨ ਵਸੈ, ਸੇਵਡ ਭਾਗੀ ਨਾਨਕਾ, ਜਿੰਨਾ ਮਨ ਇਹ ਉਪਾਓ, ਜਿੰਨਾ ਮਨ ਇਹ ਉਪਾਓ। ਸ੍ਰੀ ਰਾਗ ਮਹੱਲਾ ਪੰਜਵਾਂ ਘਰ ਛੇਵਾਂ ਪੰਚਮ ਪਾਤਸ਼ਾਹ ਇਸ ਸ਼ਬਦ ਨੂੰ ਛੇਵੇਂ ਘਰ ਵਿੱਚ ਗਾਉਣ ਦੀ ਤਰਕੀਬ ਕਰਦੇ ਹਨ, ਕਿਉਂਕਿ ਤਾਲਾਂ ਨੇ ਸਤਾਰਾਂ ਘਰ ਮੰਨੇ ਗਏ। ਕਰਨ ਕਾਰਨ ਏਕ ਉਹੀ ਜਿਨ ਕੀ ਆਕਾਰ। ਹੁਣ ਪਾਤਸ਼ਾਹ ਸਾਨੂੰ ਫਿਰ ਇਸ ਦੇਹੀ ਦੀ ਗੱਲ ਕਰਨ ਤੋਂ ਬਾਅਦ ਫਿਰ ਕਹਿੰਦੇ ਸਿਮਰਨਾ ਕਰ, ਜਿਹਨ ਇਹ ਦੇਹੀਆਂ ਸਾਜੀਆਂ ਨੇ, ਜਿਹੜੇ ਆਕਾਰ ਪੈਦਾ ਕੀਤੇ ਨੇ ਜਿਹਨੇ। ਕਰਨ ਕਾਰਨ, ਕਾਰਨ ਵੀ ਉਹ ਹੈ, ਕਰਤਾ ਵੀ ਉਹ ਹੈ, ਇੱਕੋ ਹੀ ਹੈ। ਜਿਨ ਕੀ ਆਕਾਰ, ਜਿਹਨੇ ਇਹ ਸਾਰੇ ਆਕਾਰ ਬਣਾਏ, ਜੋ ਵੀ ਆਕਾਰ ਹੈ, ਚਾਹੇ ਧਰਤੀ ਹੈ, ਚਾਹੇ ਸੂਰਜ ਹੈ, ਚਾਹੇ ਮੰਡਲ ਹੈ, ਸਰੀਰ ਹੈ, ਜੋ ਵੀ ਬਣਾਇਆ ਉਹਨੇ, ਉਹ ਕਰਨ ਵਾਲਾ ਇੱਕੋ ਹੀ। ਤਿਸੈ ਧਿਆਉ ਮਨ ਮੇਰੇ ਸਰਬ ਕੋ ਆਧਾਰ। ਐ ਮੇਰੇ ਮਨਾ, ਫਿਰ ਉਹਨੂੰ ਧਿਆ, ਜੋ ਸਾਰਿਆਂ ਦਾ ਹੀ ਆਸਰਾ ਹੈ। ਗੁਰ ਕੇ ਚਰਨ ਮਨ ਮੈਂ ਧਿਆਏ, ਕਿਵੇਂ ਧਿਆਉਣਾ ਕਰ ਮਨ ਮੈਂ ਗੁਰ ਕੇ ਚਰਨ। ਚਰਨ ਕੀ ਨੇ? ਗੁਰੂ ਦੇ ਬੋਲ, ਗੁਰੂ ਦਾ ਮਾਰਗ, ਜੋ ਗੁਰੂ ਨੇ ਸਾਨੂੰ ਦੱਸਿਆ, ਉਹਨੂੰ ਮਨ ਕਰਕੇ ਅੰਦਰੋਂ ਧਿਆਉਣਾ ਕਰ। ਛੋਟ ਸਗਲ ਸਿਆਣਪਾ ਸਾਚ ਸ਼ਬਦ ਲੈ ਬੁਲਾਏ। ਆਪਣੀਆਂ ਚਤੁਰਾਈਆਂ ਸਿਆਣਪਾਂ ਛੱਡ ਦੇ। ਜਪੀ ਸਾਹਿਬ ਵਿੱਚ ਮਹਾਰਾਜ ਪਹਿਲੀ ਪੌੜੀ 'ਚ ਕਹਿੰਦੇ ਨੇ, ਗੁਰੂ ਨਾਨਕ ਪਾਤਸ਼ਾਹ, ਸਹਿ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ, ਉਹਦੇ ਦਰ 'ਤੇ ਨਹੀਂ ਚੱਲੇਗੀ ਕੋਈ। ਆਪਣੀਆਂ ਸਿਆਣਪਾਂ ਛੱਡ ਦੇ। ਸਾਚ ਚੱਚੇ ਨੂੰ ਸਿਹਾਰੀ ਹੈ, ਸੱਚ ਦੁਆਰਾ, ਸਚਿਆਰ ਜੀਵਨ ਦੁਆਰਾ। ਸ਼ਬਦ ਦੱਦੇ ਨੂੰ ਵੀ ਸਿਹਰ ਸਿਹਾਰੀ ਲਾਈ ਵਾਲੇ ਨੇ, ਗੁਰੂ ਦੇ ਸ਼ਬਦ ਦੁਆਰਾ। ਲਿਵਲਾ, ਆਪਣਾ ਜੀਵਨ ਪਹਿਲਾਂ ਸਚਿਆਰ ਬਣਾ। ਅਸੀਂ ਬੜੇ ਹੈਰਾਨ ਹੁੰਦੇ ਹਾਂ ਇਸ ਚੀਜ਼ ਦੇ ਉੱਤੇ ਕਿ ਸਾਡੇ ਹਿੰਦੁਸਤਾਨ ਵਿੱਚ ਥਿਊਰੀ 'ਚ ਅਸੀਂ ਸਭ ਤੋਂ ਅੱਗੇ ਹਾਂ, ਦੁਨੀਆਂ 'ਚ ਥਿਊਰੀ ਦੇ ਵਿੱਚ ਅਸੀਂ ਸਭ ਤੋਂ ਅੱਗੇ ਹਾਂ, ਪਰ ਪ੍ਰੈਕਟੀਕਲ ਨਹੀਂ। ਬਾਣੀ ਸਾਨੂੰ ਪ੍ਰੈਕਟੀਕਲ ਕਰਨ ਨੂੰ ਕਹਿੰਦੀ ਹੈ, ਇਨ ਪ੍ਰੈਕਟੀਕਲ। ਜੋ ਕਿਹਾ ਗਿਆ ਉਹਦੇ ਮੁਤਾਬਕ ਆਪਣਾ ਜੀਵਨ ਜਿਉਂ ਕੇ ਵੇਖ, ਆਨੰਦ ਤਾਂ ਆਏਗਾ। ਆਪਾਂ ਕਲਾਸਾਂ 'ਚ ਪੜ੍ਹਦੇ ਆਏ ਹਾਂ ਕਿ ਜਿਹੜਾ ਬੰਦਾ ਪ੍ਰੈਕਟੀਕਲ 'ਚੋਂ ਫੇਲ ਆ ਉਹ ਫੇਲ ਹੈ, ਭਾਵੇਂ ਉਹ ਥਿਊਰੀ 'ਚ ਉਹਨੂੰ ਪੂਰੇ ਨੰਬਰ ਕਿਉਂ ਨਾ ਹੋਣ। ਇਸ ਕਰਕੇ ਥਿਊਰੀਕਲ 'ਤੇ ਸਾਨੂੰ ਬਹੁਤ ਕੁਛ ਪਤਾ ਹੈ, ਬੜਾ ਕੁਛ ਜਾਣ ਗਏ ਅਸੀਂ। ਸਾਡੇ ਹਿੰਦੁਸਤਾਨ ਵਿੱਚ ਸਭ ਤੋਂ ਜ਼ਿਆਦਾ ਗਿਆਨ ਹੈ, ਐਸੀ ਕੋਈ ਗੱਲ ਨਹੀਂ। ਜਿੰਨੇ ਵੇਦ ਇੱਥੇ ਰਚੇ ਗਏ, ਸ਼ਾਸਤਰ ਇੱਥੇ ਰਚੇ ਗਏ, ਆਹ ਬਾਣੀ ਦਾ ਖਜ਼ਾਨਾ ਸਾਡੇ ਕੋਲ ਹੈ। ਅਸੀਂ ਫਕਰ ਨਾਲ ਕਹਿੰਦੇ ਹਾਂ ਇਹ ਗੱਲ, ਪਰ ਬੜੀ ਮਜੂਸੀ ਹੁੰਦੀ ਸਾਨੂੰ ਕਿ ਪ੍ਰੈਕਟੀਕਲ ਅਸੀਂ ਜੀਰੋ। ਇੱਥੇ ਮਰਗ ਨੇ ਤਾਂ ਕਹਿੰਦੇ ਨੇ ਸੱਚ, ਸਾਚ ਸ਼ਬਦ ਨੇ ਚੱਚੇ ਨੂੰ ਸਿਆਰੀ ਤਾਂ ਸੱਚ ਦੁਆਰਾ, ਸਚਿਆਰ ਬਣ ਕੇ, ਸਹੀ ਮਾਇਨੇ ਵਿੱਚ ਗੁਰੂ ਦੇ ਸ਼ਬਦ ਦੁਆਰਾ ਉਹਦੇ ਨਾਲ ਲਿਬਣਾ। ਪਹਿਲਾਂ ਆਪ ਸਚਿਆਰ ਬਣ, ਫਿਰ ਉਹਦੇ ਨਾਲ ਜੁੜਨਾ ਕਰ, ਗੁਰੂ ਦੇ ਸ਼ਬਦ ਨਾਲ ਜੁੜ ਕੇ ਤਾਂ ਤੂੰ ਆਪਣੇ ਜੀਵਨ ਨੂੰ ਅੱਗੇ ਵਧਾ ਸਕਦਾ ਹੈ। ਮਹਾਰਾਜ ਕਹਿੰਦੇ, ਛੋਟ ਸਗਲ ਸਿਆਣਪਾ ਸਾਚ ਸ਼ਬਦ ਦੇ ਬੁਲਾਏ ਰਹਾਓ। ਦੁੱਖ ਕਲੇਸ਼ ਨਾ ਭਾਉ ਵਿਆਪੈ। ਕੀ ਹੋਏਗਾ? ਨਾ ਤੈਨੂੰ ਦੁੱਖ ਵਿਆਪੇਗਾ, ਨਾ ਤੈਨੂੰ ਡਰ ਲੱਗੇਗਾ ਅੰਦਰ ਕਿਸੇ ਕਿਸਮ ਦਾ,
ਗੁਰਮੰਤਰ ਹਿਰਦੈ ਹੋਏ। ਜਦੋਂ ਗੁਰੂ ਦਾ ਮੰਤਰ ਤੇਰੇ ਹਿਰਦੇ ਚ ਹੋਏਗਾ, ਗੁਰੂ ਦਾ ਉਪਦੇਸ਼ ਤੇਰੇ ਹਿਰਦੇ ਚ ਹੋਏਗਾ, ਨਾ ਦੁੱਖ ਰਹੇਗਾ ਅੰਦਰ, ਨਾ ਹੀ ਭਉ ਰਹੇਗਾ। ਕੋਟ ਯਤਨਾ ਕਰ ਰਹੇ ਗੁਰ ਬਿਨ ਤਰਿਓ ਨਾ ਕੋਏ। ਕਹਿੰਦੇ ਕਰੋੜਾਂ ਲੋਕ ਹੀ ਯਤਨ ਕਰ ਰੱਖੇ ਗੁਰ ਨੁਕਤਾ ਗਿਆਨ ਜਿਹਨੂੰ ਕਹਿੰਦੇ ਆ, ਇਸ ਤੋਂ ਬਿਨਾਂ ਕੋਈ ਨੀ ਤਰਿਆ। ਜਦ ਤੱਕ ਕੋਈ ਇਸ ਨੁਕਤੇ ਨੂੰ ਕੋਈ ਸਮਝ ਨਹੀਂ ਸਕਿਆ, ਉਹਨਾਂ ਚਿਰ ਕੋਈ ਨਹੀਂ ਸਮਝ ਸਕਿਆ, ਕੋਈ ਜਾਣ ਨਾ ਸਕਿਆ। ਦੇਖ ਦਰਸ਼ਨ ਮਨ ਸਾਧਾਰ ਹੈ ਪਾਪ ਸਗਲੇ ਜਾਹੇ। ਇਹ ਪ੍ਰਭੂ ਤੇਰਾ ਦਰਸ਼ਨ ਕੀਤਿਆਂ ਮਨ ਆਸਰਾ ਲੈਂਦਾ ਹੈ, ਸਾਰੇ ਪਾਪ ਚਲੇ ਜਾਂਦੇ ਨੇ ਸਾਡੇ ਮਨ ਦੇ। ਹਉ ਤਿਰ ਕੈ ਬਿਹਾਰਨ ਹੈ, ਜੇ ਨਹੀਂ ਉਚਾਰਨ ਹੈ ਤਾਂ ਜਿਹੜੇ ਜੇ ਗੁਰੂ ਕੀ ਪੈਰੀ ਪਾਏ, ਜਿਹੜਾ ਗੁਰੂ ਦੀ ਪੈਰੀ ਪੈ ਗਿਆ, ਉਹਨਾਂ ਦੇ ਵਰਗ ਨੇ ਸਾਰੇ ਹੀ ਪਾਪ ਚਲੇ ਗਏ। ਮੈਂ ਉਹਨਾਂ ਤੋਂ ਸਦਕੇ ਜਾਣਾ, ਮੈਂ ਉਹਨਾਂ ਤੋਂ ਬਿਹਾਰ ਜਾਣਾ ਜਿਹੜੇ ਗੁਰੂ ਦੀ ਚਰਨੀ ਜਾ ਪਏ। ਸਾਧ ਸੰਗਤ ਮਨ ਵਸੈ ਸਾਚ ਹਰ ਕਾ ਨਾਉ। ਇਹ ਹਰੀ ਦਾ ਨਾਮ ਸੱਚਾ ਪਰ ਸਾਧ ਸੰਗਤ ਦੁਆਰਾ ਮਨ ਚ ਵਸਦਾ। ਸਾਧ ਸੰਗਤ ਮਨ ਵਸੈ ਸਾਚ ਹਰ ਕਾ ਨਾਉ, ਸੇਵੜ ਭਾਗੀ ਨਾਨਕਾ। ਜਿਨ੍ਹਾਂ ਮਨ ਇਹ ਭਾਉ, ਉਹ ਵੱਡਿਆਂ ਭਾਗਾਂ ਵਾਲੇ ਨੇ ਜਿਨ੍ਹਾਂ ਦੇ ਮਨ ਵਿੱਚ ਇਹ ਭਾਉ ਹੈ, ਭਾਵ ਸੰਗਤ ਦਾ, ਜਿਨ੍ਹਾਂ ਦੇ ਮਨ ਵਿੱਚ ਪਿਆਰ ਪੈਦਾ ਹੋ ਗਿਆ, ਜਿਨ੍ਹਾਂ ਦੇ ਮਨ ਵਿੱਚ ਭਾਉ ਉਪਜ ਗਿਆ, ਪ੍ਰੇਮ ਉਪਜ ਗਿਆ। ਤੇ ਦਸਮ ਪਾਤਸ਼ਾਹ ਮਹਾਰਾਜ ਸਮਝਾਉਣਾ ਕਰਦੇ ਨੇ ਗੱਲ ਨੂੰ, ਬੜੇ ਡੰਕੇ ਦੀ ਚੋਟ ਨਾਲ ਕਹਿੰਦੇ ਨੇ, ਸਾਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਪਾਇਓ। ਕਿਉਂਕਿ ਸੰਗਤ ਵਿੱਚ ਆ ਕੇ ਸਾਨੂੰ ਪ੍ਰੇਮ ਦੀ ਪਰਿਭਾਸ਼ਾ ਦਾ ਪਤਾ ਲੱਗਦਾ ਕਿ ਪ੍ਰੇਮ ਕਿਹਨੂੰ ਕਹਿੰਦੇ ਨੇ। ਪ੍ਰੇਮ ਸਿਰਫ ਦਿੰਦਾ ਹੀ ਦਿੰਦਾ, ਲੈਂਦਾ ਨਹੀਂ, ਮੰਗਦਾ ਨਹੀਂ ਕੁਛ। ਸੋ ਸਮਾਂ ਜੋ ਹੈ ਉਹ ਆਪਣਾ ਇੱਥੇ ਸਮਾਪਤ ਹੁੰਦਾ, ਸਮਾਂ ਜਾ ਕੇ ਨਹੀਂ ਦੇ ਰਿਹਾ, ਵਿਧੀ ਉਹਨਾਂ ਨੇ ਜਾਣਾ। ਸੋ ਆਪਾਂ 51 ਅੰਗ ਤੱਕ ਇਹ ਅੱਜ ਸਮਾਪਤੀ ਕੀਤੀ, ਅਤੇ ਹੁਣ ਤੱਕ ਜਿਹੜੇ ਨੇ ਉਹ 94 ਸ਼ਬਦ ਨੇ ਜਿਹੜੇ ਆਪਾਂ ਪੜ੍ਹ ਚੁੱਕੇ ਹਾਂ, ਉਹੀ ਆਪਣਾ ਨਾਲ ਖਿਮਾ ਮੰਗਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੇ ਹੈ ਆਣੇ, ਹਮ ਬਾਰਕ ਹਰ ਪ੍ਰਭ ਕੇ ਹੈ ਆਣੇ।